ਨਮਸਤੇ ਦੋਸਤੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨ ਲੱਗਿਆ ਜਿਸ ਦੌਰਾਨ ਜਿਵੇਂ ਆਪਾਂ ਕਿੰਨੀਆਂ ਹੀ ਗੱਡੀਆਂ ਜਾਂ ਮੋਟਰਸਾਈਕਲ ਵਹੀਕਲ ਆਪਾਂ ਲੈਂਦੇ ਹਾਂ, ਵੇਚਦੇ ਹਾਂ, ਕਿੰਨੀ ਸਪੀਡ ਨਾਲ ਆਪਾਂ ਚੇਂਜ ਕਰ ਲੈਂਦੇ ਹਾਂ, ਪਰ ਆਪਾਂ ਕਦੇ ਇਹ ਧਿਆਨ ਨਹੀਂ ਕੀਤਾ ਕਿ ਉਹ ਵਹੀਕਲ ਜੋ ਆਪਾਂ ਵੇਚਿਆ ਸੀ ਉਹ ਅਗਲੇ ਬੰਦੇ ਨੂੰ ਆਪਾਂ ਜਿਹਨੂੰ ਵੇਚਣ ਆਪਣੇ ਨਾਮ 'ਤੇ ਟ੍ਰਾਂਸਫਰ ਕਰਾਇਆ ਹੈ ਕਿ ਨਹੀਂ। ਇਸ ਦੌਰਾਨ ਮੈਨੂੰ ਇੱਕ ਤਾਜ਼ਾ ਹੀ ਕੋਰਟ ਵੱਲੋਂ ਫਾਈਨ ਲੱਗਿਆ। ਮੈਂ 2012 ਦੇ ਵਿੱਚ ਇੱਕ ਆਪਣੀ ਗੱਡੀ ਜੋ 6 ਸਾਲ ਯੂਜ਼ ਕਰਨ ਤੋਂ ਬਾਅਦ ਮੈਂ ਵੇਚੀ ਅਤੇ ਉਹ 2 ਸਾਲ 2 ਮਹੀਨਿਆਂ ਬਾਅਦ ਉਸ ਗੱਡੀ ਦਾ ਐਕਸੀਡੈਂਟ ਹੋ ਰਿਹਾ। ਉਸ ਦੌਰਾਨ ਇੱਕ ਲੜਕੀ ਦੀ ਮੌਤ ਹੋ ਜਾਂਦੀ ਹੈ ਅਤੇ ਮੈਨੂੰ ਬਾਅਦ 'ਚ ਪਤਾ ਚੱਲਦਾ ਹੈ ਕਿ ਉਸ ਬੰਦੇ ਨੇ ਆਪਣੇ ਨਾਮ ਇਹ ਗੱਡੀ ਟ੍ਰਾਂਸਫਰ ਕਰਾਈ ਹੀ ਨਹੀਂ ਅਤੇ 2 ਸਾਲ ਕੋਰਟ ਦਾ ਕੇਸ ਚੱਲਣ ਤੋਂ ਬਾਅਦ ਮੈਨੂੰ 7,65,724 ਰੁਪਏ ਫਾਈਨ ਪਾਤਾ। ਮੈਂ ਉਸ ਬੰਦੇ ਤੋਂ ਬਕਾਇਦਾ ਪਰਚੇਸ ਦਾ ਐਫੀਡੇਵਿਟ, ਉਸਦੇ ਸਾਈਨ, ਅੰਗੂਠੇ ਨਿਸ਼ਾਨ, ID ਪਰੂਫ, ਕੋਈ ਨੋਟਰੀ ਟੈਸਟ ਨਹੀਂ, ਮੈਜਿਸਟ੍ਰੇਟ ਦਾ ਟੈਸਟ ਹੋਇਆ ਰਿਹਾ, ਇਹ ਮੇਰੇ ਕੋਲ ਐਫੀਡੇਵਿਟ ਸੀ ਉਸਦਾ ਅਤੇ ਸਾਰੇ ਡਾਕੂਮੈਂਟ ਮੈਂ ਉਹਨੂੰ ਦੇ ਚੁੱਕਾ ਸੀ। ਫਿਰ ਵੀ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਮੇਰਾ ਕੁਛ ਨਹੀਂ ਬਣਿਆ, ਮੈਨੂੰ ਫਾਈਨ ਪਾਤਾ। ਅਤੇ ਇਹ ਕੋਈ ਮੈਂ ਜਵਾਨੀ ਨਹੀਂ ਕਹਿ ਰਿਹਾ, ਇਹ ਮੇਰੇ ਕੋਲ ਕੋਰਟ ਦਾ ਫੈਸਲਾ ਜੋ ਮੈਨੂੰ 7,65,724 ਰੁਪਏ ਇਸਦਾ ਮੈਨੂੰ ਫੈਸਲਾ ਪਿਆ। ਅਤੇ ਇਸ ਲਈ ਮੈਂ ਤੁਹਾਨੂੰ ਰਾਏ ਦੇਣਾ ਚਾਹੁੰਦਾ ਕਿ ਜਿੰਨੇ ਵੀ ਵਹੀਕਲ ਤੁਸੀਂ ਵੇਚੇ ਆ ਜਾਂ ਲੈ ਰਹੇ ਹੋ, ਵੇਚ ਰਹੇ ਹੋ, ਉਹਨੂੰ ਟਾਈਮ ਸਿਰ ਆਪਣਾ ਚੈੱਕ ਕਰਵਾਓ ਕਿ ਵੀ ਇਹ ਟ੍ਰਾਂਸਫਰ ਹੋਏ ਕਿ ਨਹੀਂ ਹੋਏ, ਕਿਉਂਕਿ ਜਿਵੇਂ ਮੈਨੂੰ ਹੋਇਆ ਤਾਂ ਤੁਹਾਡੇ ਨਾਲ ਵੀ ਹੋ ਸਕਦਾ। ਅਤੇ ਇਹਨੂੰ ਆਪਾਂ ਔਨਲਾਈਨ ਵੀ ਚੈੱਕ ਕਰ ਸਕਦੇ ਹਾਂ, ਕਿਸੇ ਏਜੰਟ ਤੋਂ ਵੀ ਚੈੱਕ ਕਰਾ ਸਕਦੇ ਹਾਂ, ਕਿੰਨੀਆਂ ਸਾਈਟਸ ਹੈਗੀਆਂ ਫੋਨ ਦੇ ਵਿੱਚ, ਐਪਲੀਕੇਸ਼ਨ ਹੈਗੀਆਂ ਜਿਸ ਦੌਰਾਨ ਇਹ ਚੈੱਕ ਹੋ ਸਕਦਾ, DT ਆਫਿਸ ਤੋਂ ਚੈੱਕ ਹੋ ਸਕਦਾ। ਅਤੇ ਇਹ ਹਜੇ ਵੀ ਕੋਰਟ ਦੀ ਕੋਈ ਫਾਈਨਲ ਅਮਾਊਂਟ ਨਹੀਂ ਹੈਗੀ। ਜਿਸ ਵਕੀਲ ਨੂੰ ਮੈਂ 50,000 ਫੀਸ ਦੇਣ ਤੋਂ ਬਾਅਦ ਵੀ ਉਸਨੂੰ ਕਿਹਾ ਕਿ ਮੇਰਾ ਕੇਸ ਲੜਨਾ, ਉਸਨੇ ਕੇਸ ਫੜ ਤਾਂ ਲਿਆ ਪਰ ਉਹਨੇ ਕਿਹਾ ਵੀ ਇਸ ਕੇਸ ਦੇ ਵਿੱਚ ਕੋਈ ਜਾਨ ਨਹੀਂ, ਦਮ ਨਹੀਂ ਹੈਗਾ, ਕਿ ਵੀ ਇਹਦੇ ਪੂਰੇ ਚਾਂਸਿਸ ਆ, ਫਾਈਨ ਫਾਈਨਲ ਤੁਹਾਨੂੰ ਪਏਗਾ ਹੀ ਪਏਗਾ। ਇਹ ਵੀ ਹੋ ਸਕਦਾ ਇਹ ਅਮਾਊਂਟ ਡਬਲ ਹੋ ਜੇ ਜਾਂ ਟ੍ਰਿਪਲ ਹੋ ਜੇ, ਇਹ ਹਾਈਕੋਰਟ ਦੇ ਵਿੱਚ ਕੇਸ ਪਿਆ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਰਿਹਾ ਕਿ ਵੀ ਇਹ ਇਸ ਤਰ੍ਹਾਂ ਦੀ ਗਲਤੀ ਨਾ ਕਰੋ। ਜਿੰਨੇ ਵੀ ਵਹੀਕਲ ਤੁਸੀਂ ਵੇਚ ਚੁੱਕੇ ਹੋ ਜਾਂ ਵੇਚ ਰਹੇ ਹੋ, ਉਹਨੂੰ ਅਗਲੇ ਬੰਦੇ ਨੇ ਆਪਣੀ ਲੋੜ ਨੂੰ ਤੁਸੀਂ ਟ੍ਰਾਂਸਫਰ ਕਰਾਉਣ ਦੀ ਜ਼ਿੰਮੇਵਾਰੀ ਦਿਓ ਜਾਂ ਟ੍ਰਾਂਸਫਰ ਕਰਾ ਕੇ ਹੀ ਦਿਓ, ਤਾਂ ਜੋ ਇਹ ਘਟਨਾ ਤੁਹਾਡੇ ਨਾਲ ਨਾ ਹੋ ਸਕੇ। ਧੰਨਵਾਦ।